आदमी पार्टी पंजाब के मुख्यमंत्री सरदार भगवंत सिंह मान और विधायक डॉक्टर बलबीर सिंह द्वारा पटियाला देहाती विखे हर वार्ड विच पद यात्रा का आयोजन किया गया। इस मौके उन्होंने बेटे राहुल सैनी ने अपनी टीम के नाल वार्ड विच पहुँच के नगर वासियों दी समस्या सुनिया और उन्होंने जल्द तो जल्द हल करन दा विश्वास दवाया। यह यात्रा वार्ड नंबर 26 के इंचार्ज राजकुमार और ज्ञान चंद साबका नगर कौंसल की देखरेख में कड़ी गई। इलाका निवासियों वालों भरमा हुंगारा मिलिया। निहायत खुशी का मुकाम सी कि हलका पटियाला देहाती के MLA डॉक्टर बलबीर सिंह जी की अगवाई के उन्होंने सपुत्र राहुल 26 नंबर वार्ड के लोगों की समस्यावां सुनने वास्ते आए। 26 नंबर वार्ड के जिहड़े साडे मुख्य सेवादार ने जिहड़े वार्ड को रिप्रजेंट करते हैं उन्होंने अपनी पूरी टीम के नाल पटियाला देहाती की टीम लोगों की समस्यावां सानू विश्वास है कि समस्यावां जिहड़ियां ये जिहड़ियां दर्ज हुई समस्यावां इन्हां दा बड़ी छेती हल्के के MLA डॉक्टर बलबीर हल कर रहे हैं। असं शुक्र गुजार हैं भगवंत मान जी का जिन्होंने किया आपकी सरकार लोगों के जो इस करके सारे ਵਧੀਆ ਸਹਿਯੋਗ ਮਿਲ ਰਿਹਾ ਜੀ ਲੋਕਾਂ ਦੇ ਵਿੱਚ। ਸਾਨੂੰ ਇਹ ਬਹੁਤ ਖੁਸ਼ੀ ਦੇਖਣ ਨੂੰ ਮਿਲੀ ਕਿ ਸਭ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ ਜੀ। ਇਹ ਅਸੀਂ ਗਲੀ ਗਲੀ ਫਿਰ ਕੇ ਪੁੱਛਿਆ ਔਰ ਹਰ ਘਰ ਦੇ ਵਿੱਚ ਸਾਨੂੰ ਇਹੀ ਗੱਲ ਪਤਾ ਚੱਲੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਔਰ ਉਸ ਤੇ ਆਧਾਰਿਤ ਜਿਹੜੀ ਭਗਵੰਤ ਮਾਨ ਸਾਹਿਬ ਦੀ CM ਸਾਹਿਬ ਦੀ ਨੀਤੀ ਹੈ ਕਿ ਪੰਜਾਬ ਸਰਕਾਰ ਆਪ ਜੀ ਦੇ ਦੁਆਰ ਜਾਏ, ਉਸ ਨੀਤੀ ਦੇ ਤਹਿਤ ਅਸੀਂ ਉਹਨਾਂ ਦੇ ਸਿਪਾਹੀ ਗਲੀ ਗਲੀ ਫਿਰੇ ਹਾਂ ਜੀ ਔਰ ਲੋਕਾਂ ਨੂੰ ਉਹਨਾਂ ਦੀਆਂ ਦਿੱਕਤਾਂ ਪੁੱਛੀਆਂ ਨੇ, ਉਹਨਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਨੇ ਔਰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਵੀ ਪਹਿਲੀ ਵਾਰੀ ਕੋਈ ਸਰਕਾਰ ਜਿਹੜੀ ਆ ਉਹ ਸਾਨੂੰ ਪੁੱਛਣ ਆਈ ਹੈ। ਜਿਹੜੀ ਸ਼ਿਕਾਇਤਾਂ ਜੀ ਕਦ ਤੱਕ ਮੁਕੰਮਲ ਹੋ ਜਾਏਗੀਆਂ? ਦੇਖੋ ਜੀ, ਕਈ ਕਿਸਮ ਦੀਆਂ ਸ਼ਿਕਾਇਤਾਂ ਨੇ, ਕੁਛ ਇਹੋ ਜਿਹੀਆਂ ਨੇ ਜਿਹੜੀਆਂ ਤੁਰੰਤ ਹੱਲ ਹੋ ਸਕਦੀਆਂ ਨੇ, ਜਿਵੇਂ ਕੁਛ ਸੜਕ ਦੇ ਕਿਤੇ ਗਲੀਆਂ ਵਿੱਚ ਕੋਈ ਟੁਕੜੇ ਬੰਨਣ ਵਾਲੇ ਨੇ ਜਾਂ ਕਿਸੇ ਦੀ ਪੈਨਸ਼ਨ ਨਹੀਂ ਲੱਗੀ ਹੋਈ ਜਾਂ ਕਿਸੇ ਦਾ ਸਰਟੀਫਿਕੇਟ ਨਹੀਂ ਬਣਿਆ ਹੋਇਆ। ਕੁਛ ਸ਼ਿਕਾਇਤਾਂ ਇਹੋ ਜਿਹੀਆਂ ਨੇ ਜਿਹਨਾਂ ਨੂੰ ਹੱਲ ਕਰਨ ਦੇ ਵਿੱਚ ਥੋੜ੍ਹਾ ਟਾਈਮ ਲੱਗੇਗਾ, ਜਿਵੇਂ ਕਿ ਲੋਕਾਂ ਦੇ ਬਾਲਿਆਂ ਦੇ ਘਰਾਂ ਦੀ ਪ੍ਰੋਬਲਮ ਹੈ ਔਰ ਹੋਰ ਕੁਛ ਵੱਡੀਆਂ ਇਨਫਰਾਸਟ੍ਰਕਚਰ ਦੀਆਂ ਪ੍ਰੋਬਲਮਸ ਹੈ ਬਾਹਰਲੇ ਪਾਸੇ, ਉਹ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਸਕਦਾ, ਪਰ ਅਸੀਂ ਸਾਡੀ ਕੋਸ਼ਿਸ਼ ਰਹੇਗੀ ਵੀ ਜਲਦ ਤੋਂ ਜਲਦ ਸਾਡੀਆਂ ਪ੍ਰੋਬਲਮਸ ਖਤਮ ਕੀਤੀਆਂ ਜਾਣ। ਔਰ ਜਦੋਂ ਅਸੀਂ ਸਰਵੇ ਕਰੇ ਬੀਬੀਆਂ ਦਾ ਇੱਕ ਸਵਾਲ ਆਈ 1000 ਰੁਪਏ ਦਾ, ਕਹਿੰਦੇ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀ ਉਹਦੇ ਬਾਰੇ ਦੱਸ ਦਿਓ ਜੀ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਸਰਕਾਰ ਲੋਕਾਂ ਦਾ ਪੈਸਾ ਹੀ ਸਰਕਾਰ ਕੋਲ ਹੁੰਦਾ ਹੈ ਔਰ ਸਰਕਾਰ ਦਾ ਫਰਜ਼ ਇਹ ਬਣਦਾ ਵੀ ਉਹਨੂੰ ਇਕੱਠਾ ਕਰਕੇ ਉਸ ਪੈਸੇ ਨੂੰ ਵਾਪਸ ਲੋਕਾਂ ਤੇ ਹੀ ਲਾਏ। ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਬਿਜਲੀ ਦੇ ਬਿੱਲ ਸਭ ਦੇ ਜ਼ੀਰੋ ਆ ਰਹੇ ਨੇ ਕਿਉਂਕਿ ਉਹ ਬਿੱਲ ਸਰਕਾਰ ਭਰ ਰਹੀ ਹੈ ਜੀ। ਇਸੇ ਤਰੀਕੇ ਨਾਲ ਜਿਹੜਾ 1000 ਰੁਪਏ ਦਾ ਪਰ ਲੇਡੀਜ਼ ਨੂੰ ਮਿਲਣਾ ਉਹਦੇ ਵਾਸਤੇ ਸਰਕਾਰ ਲੋਕਾਂ ਦੇ ਪੈਸੇ ਇਕੱਠੇ ਕਰ ਰਹੀ ਹੈ। ਖਜ਼ਾਨੇ 'ਚੋਂ ਜਿਹੜੀ ਲੀਕੇਜ ਆ, ਜਿਹੜੀ ਚੋਰੀ ਸੀ, ਉਹਨੂੰ ਬੰਦ ਕੀਤਾ ਔਰ ਜੈਸੀ ਉਹ ਪੈਸਾ ਇਕੱਠਾ ਹੋਏਗਾ ਤਾਂ ਬਹੁਤ ਜਲਦੀ ਤੁਹਾਨੂੰ ਉਹ ਲੋਕਾਂ ਨੂੰ ਉਹ ਵੀ ਪੈਸੇ ਮਿਲਣਗੇ। ਆਪਣੇ ਅਤਫਜਲਪੁਰ ਦੇ ਵਿੱਚ MC ਦੇ ਦਾਅਵੇਦਾਰ ਕੌਣ ਰਹੇਗਾ ਜੀ? ਦੇਖੋ ਜੀ, ਇੱਥੇ ਆਮ ਆਦਮੀ ਪਾਰਟੀ ਦਾ ਹਰ ਇੱਕ ਜਿਹੜਾ ਵਲੰਟੀਅਰ ਹੈ ਉਹ ਖੁਦ ਆਪ ਹੀ ਅਰਵਿੰਦ ਕੇਜਰੀਵਾਲ ਹੈ, ਉਹ ਖੁਦ ਆਪ ਹੀ ਭਗਵੰਤ ਮਾਨ ਹੈ, ਆਪ ਹੀ CM ਹੈ, ਆਪ ਹੀ MLA ਹੈ ਜੀ। ਸੋ ਸਾਡੇ ਵਲੰਟੀਅਰ ਦੇ ਵਿੱਚ ਬਿਲਕੁਲ ਵੀ ਇਹ ਕੋਈ ਇਹ ਇਸ਼ੂ ਨਹੀਂ ਹੈ ਵੀ MC ਦਾ ਉਮੀਦਵਾਰ ਕੌਣ ਹੋਊਗਾ। ਅਸੀਂ ਸਾਰੇ ਇਕੱਠੇ ਹਾਂ, ਸਾਰੀ ਟੀਮ ਇਕੱਠੀ ਹੈ ਔਰ ਸਾਰਿਆਂ ਨੇ ਇਕੱਠੇ ਹੋ ਕੇ ਪਦਯਾਤਰਾ ਕੀਤੀ ਹੈ। ਜਿਸ ਕਿਸੇ ਨੂੰ ਵੀ ਪਾਰਟੀ ਕੋਈ ਵੀ ਡਿਊਟੀ ਲਗਾਏਗੀ ਉਹ ਜ਼ਰੂਰ ਉਸ ਡਿਊਟੀ ਨੂੰ ਤਨਦੇਹੀ ਨਾਲ। ਪਟਿਆਲਾ ਤੋਂ ਦਲੇਰ ਮਹਿਰਾ ਦੀ ਰਿਪੋਰਟ। ਜੇ ਸਾਡੀ ਨਿਊਜ਼ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।